ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਓਟ ਓਟ ਗੁਰੂ ਨਾਨਕ ਤੇਰੀ ਓਟ, ਨਾਨਕ ਤਪਾ ਕੁਲ ਬਦ ਬੜਾ ਦਫਾ ਲੋਹੇ ਕਾ ਕੋਟ, ਜਫਰ ਕਾ ਤਾਲਾ ਲਖਾਂ ਲਖਾਂ ਕੋਹਾਂ ਦਾ ਬਾਬਾ ਬੜ ਭਾਗ ਸਿੰਘ ਰਖਵਾਲਾ। ਤਨ ਪਰ ਧੋਤੀ ਮਨ ਪਰ ਮਾਲਾ, ਆਸਣ ਬੈਠੇ ਗੁਰੂ ਗੋਬਿੰਦ ਬਾਲਾ, ਆਸਣ ਛੋੜ ਸਿੰਘ ਆਸਣ ਬੈਠੇ ਬੈਠੇ ਗੁਰੂ ਕੀ ਛਾਇਆ। ਜੋ ਜਾਣੇ ਆਸਣ ਕਾ ਜਾਪ ਤਿਨਕੇ ਮੁਖੋ ਜਾਣਗੇ ਪਾਪ, ਜੋ ਨਾ ਜਾਣੇ ਆਸਣ ਕਾ ਜਾਪ ਤਿਨਕੇ ਮੁਖ ਲੱਗਣਗੇ ਪਾਪ। ਇਹ ਮੇਰੇ ਬਾਬਾ ਬੜ ਭਾਗ ਸਿੰਘ ਰੱਖ ਲਾਜ ਕਰੀ, ਨਾ ਕਿਸੇ ਤੇ ਮਥਾ ਮਥਾਈ ਕਰੀ ਆਪਣੇ। ਸਮੈਲ ਯੋਗੀ ਸਮੈਲ ਯੋਗੀ ਬੀਜੀ ਵਾੜੀ, ਇੱਕ ਫੁੱਲ ਵਸੇ ਇੱਕ ਫੁੱਲ ਵਸੇ, ਫੁੱਲ ਤੋੜੇ ਲਵਣਾ ਚਮਾਰੀ, ਫੁੱਲਾਂ ਦੀ ਆਵੇ ਵਾਸ਼ਨਾ ਵਿੱਚ ਵਸੇ ਨਾਲ ਸੰਗ ਵੀਰ, ਘਰ ਛੱਡੇ ਭਾਰ ਛੱਡੇ ਛੱਡੇ ਸਰਦਾ ਸਾਈਂ। ਨਾ ਬੈਠਿਆ ਸੁੱਖ ਨਾ ਖਲੋਤਾ, ਸੁੱਖ ਤਾਂ ਸੁੱਖ ਲੱਗੇ ਜਾਂ ਮੇਰੇ ਮੁੱਖ ਲੱਗੇ, ਚੱਲੇ ਮੰਤਰ ਪੁਰੇ ਵਾਜਾ ਦੇਖਾ ਨਾਰ ਸਿੰਘ ਵੀਰ ਤੇਰੀ ਹਾਜ਼ਰੀ ਦਾ ਤਮਾਸ਼ਾ। ਧੰਨ ਧੰਨ ਬਾਬਾ ਗੁਰ ਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋਈ ਦਿੱਤਾ, ਧੰਨ ਧੰਨ ਸੋਢੀ ਪਾਤਸ਼ਾਹ। ਬਾਬਾ ਬੜ ਭਾਗ ਸਿੰਘ ਵੀਰ ਨਾਰ ਸਿੰਘ ਬੀਬੀ ਭਾਨੀ ਜੀ, ਆਪ ਜੀ ਦੇ ਪਵਿੱਤਰ ਦਰਬਾਰ ਤੇ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਠ ਕੀਤਾ, ਕਰਵਾਦਾ ਘਾਟਾ ਪੁਲ ਸੁਰ ਮਾਫ਼ ਕਰਨਾ ਸੋਢੀ ਪਾਤਸ਼ਾਹ। ਕਿਰਪਾ ਕਰਨੀ ਮਹਾਰਾਜ ਸੱਚੇ ਪਾਤਸ਼ਾਹ, ਜੋ ਜਗਾਈ ਜੋ ਤੇ ਪੈਰਾ ਕਰੋ, ਦੁੱਧ ਗੱਫੇ ਹਾਜ਼ਰ ਆਪ ਜੀ ਕੋ ਭੋਗ ਲੱਗੇ, ਬੀਬੀ ਭਾਨੀ ਬਾਬਾ ਨਾਨਕ ਸਿੰਘ ਜੀ ਕੋ ਭੋਗ ਲੱਗੇ, ਕੜਾਹ ਪ੍ਰਸ਼ਾਦੀਆਂ ਦੇਗਾਂ ਤੇ ਆ ਰਿਹਾ ਸੋਢੀ ਪਾਤਸ਼ਾਹ, ਆਪ ਜੀ ਦੀ ਰਸਮੀ ਲਾਇਕ ਹੋਵੇ, ਜੋ ਜੀ ਉਹਦਾ ਪ੍ਰਸ਼ਾਦ ਸਕੇ ਸੋ ਨਾਮ ਜਪੇ, ਸੋਢੀ ਪਾਤਸ਼ਾਹ ਕਿਰਪਾ ਤੁਹਾਡੀ ਹੋਵੇ, ਸੋਢੀ ਪਾਤਸ਼ਾਹ ਕਿਰਪਾ ਕਰਨੀ। ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸਿਮਰਨ ਹੁੰਦੇ ਰਹਿਣ, ਆਪ ਜੀ ਦੇ ਦਰਬਾਰ ਵਿੱਚ ਆਪ ਜੀ ਦੀਆਂ ਜੋਤਾਂ ਜਗਦੀਆਂ ਰਹਿਣ, ਸੋਢੀ ਪਾਤਸ਼ਾਹ ਕਿਰਪਾ ਕਰਨੀ, ਚੜ੍ਹਦੀਆਂ ਕਲਾ ਕਰਨੀਆਂ ਕਿਰਪਾ ਕਰਨੀ, ਸੋਢੀ ਪਾਤਸ਼ਾਹ ਆਪ ਜੀ ਦੇ ਦਰ ਘਰ ਦੀਆਂ ਸੰਗਤਾਂ ਵੱਲੋਂ ਅਰਦਾਸਾਂ ਆਈਆਂ। ਮਹਾਰਾਜ ਸੱਚੇ ਪਾਤਸ਼ਾਹ ਭਾਈ ਬਲਵਿੰਦਰ ਸਿੰਘ ਜੀ ਗਿੱਲ ਜੰਡਿਆਲਾ ਗੁਰੂ ਤੋਂ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ 'ਤੇ ਬਹੁਤ ਕਸ਼ਟ ਆਇਆ ਤੇ ਸੋਢੀ ਪਾਤਸ਼ਾਹ ਤੁਸੀਂ ਆਪਣੀ ਕਿਰਪਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਜਿੰਦ ਜਾਨ ਬਖਸ਼ੀ ਆ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਉਹਨਾਂ ਦੀ ਸਿਹਤ ਜਲਦੀ ਤੋਂ ਜਲਦੀ ਠੀਕ ਕਰੋ, ਬਾਬਾ ਜੀ ਕਿਰਪਾ ਕਰੋ, ਚੜ੍ਹਦੀਆਂ ਕਲਾ ਕਰੋ। ਸੋਢੀ ਪਾਤਸ਼ਾਹ ਹਰਮੇਲ ਸਿੰਘ ਗੁਜਰਾਤ ਤੋਂ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੇ ਆਪ ਜੀ ਦੀ ਸਵਾ ਮਹੀਨੇ ਦੀ ਜੋਤ ਲਗਾਈ, ਆਪ ਜੀ ਦਰਬਾਰ ਦੇ ਆਪ ਜੀ ਦੇ ਵਸਤਰ ਚੜ੍ਹਾ ਕੇ ਗਏ, ਆਪ ਜੀ ਦੀ ਸੁਖਣਾ ਲਾ ਕੇ ਗਏ, ਸ਼੍ਰੀ ਪੁੰਨਿਆ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਕਾਰਜ ਰਾਸ ਕਰੋ, ਕਿਰਪਾ ਕਰੋ, ਚੜ੍ਹਦੀਆਂ ਕਲਾ ਕਰੋ। ਸੋਢੀ ਪਾਤਸ਼ਾਹ ਹਰਮਨ ਸਿੰਘ ਅਲਾਦੀਨਪੁਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਅਰਦਾਸਾਂ ਕਰਾਉਂਦੇ ਆ ਕਿ ਮੇਰੇ ਨਾਨੇ ਦੀ ਸਿਹਤ ਠੀਕ ਹੋ ਜਾਵੇ, ਬਾਬਾ ਜੀ ਕਿਰਪਾ ਕਰੋ, ਤੇ ਹਰਮਨ ਸਿੰਘ ਉਹਨਾਂ ਦੇ ਨਾਨੇ ਨੂੰ ਤੰਦਰੁਸਤੀਆਂ ਬਖਸ਼ੋ, ਸੋਢੀ ਪਾਤਸ਼ਾਹ ਕਿਰਪਾ ਕਰ ਦਿਓ, ਤੁਹਾਡੇ ਘਰ 'ਚ ਕੋਈ ਘਾਟਾ ਨਹੀਂ, ਸੋਢੀ ਪਾਤਸ਼ਾਹ ਮਿਹਰਾਂ ਕਰੋ। ਸੋਢੀ ਪਾਤਸ਼ਾਹ ਭੈਣ ਜੀ ਅਮਨਦੀਪ ਕੌਰ ਜੋ ਕਿ ਪੁਰਤਕਾਲ ਦੇ ਵਿੱਚ ਆ, ਸੋਢੀ ਪਾਤਸ਼ਾਹ ਉਹਦੇ 'ਤੇ ਸ਼ੁਰੂ ਤੋਂ ਹੀ ਤੁਸੀਂ ਕਿਰਪਾ ਕਰਦੇ ਆਇਓ ਮਹਾਰਾਜ ਸੱਚੇ ਪਾਤਸ਼ਾਹ, ਉਹਨੂੰ ਵਰਦੀਆਂ ਗੋਲੀਆਂ ਦੇ ਵਿੱਚੋਂ, ਵਰਦੇ ਬੰਬਾਂ ਦੇ ਵਿੱਚੋਂ ਤੁਸੀਂ ਬਚਾਇਆ, ਤੇ ਇਸ ਵੇਲੇ ਉਹ ਭੈਣ ਪੁਰਤਕਾਲ ਦੇ ਵਿੱਚ ਆ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੂੰ ਕੰਮ ਕਾਰ ਮਿਲ ਜਾਵੇ ਮਹਾਰਾਜ ਸੱਚੇ ਪਾਤਸ਼ਾਹ, ਤੇ ਨਾਲੇ ਉਹਨਾਂ ਨੂੰ ਘਰ ਮਿਲ ਜਾਵੇ ਸੋਢੀ ਪਾਤਸ਼ਾਹ, ਬੜੀਆਂ ਅਰਦਾਸਾਂ ਕਰ ਰਹੇ, ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਚੜ੍ਹਦੀਆਂ ਕਲਾ ਕਰੋ, ਭੈਣ ਅਮਨਦੀਪ ਕੌਰ ਦੀ ਮਨੋਕਾਮਨਾ ਪੂਰੀ ਕਰੋ ਸੋਢੀ ਪਾਤਸ਼ਾਹ। ਸੋਢੀ ਪਾਤਸ਼ਾਹ ਗੁਰਸ਼ਰਨ ਸਿੰਘ ਤੇ ਬਲਜਿੰਦਰ ਕੌਰ ਦਿੱਲੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਬੜੀ ਨਿਮਰਤਾ ਸਹਿਤ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿ ਬਾਬਾ ਜੀ ਉਹਨਾਂ ਦਾ ਘਰ ਵਿਖਣ ਤੇ ਆਇਆ ਸੋਢੀ ਪਾਤਸ਼ਾਹ, ਉਹਨਾਂ ਦਾ ਘਰ ਬਚ ਜਾਵੇ, ਉਹਨਾਂ ਨੂੰ ਕੰਮ ਕਾਰ ਬਖਸ਼ੋ, ਉਹਨਾਂ ਦਾ ਕੰਮ ਕਾਰ ਚੱਲ ਜਾਵੇ, ਤੇ ਉਹਨਾਂ ਦਾ ਘਰ ਜਿਹੜਾ ਬਣਿਆ ਜਿਹਦੇ ਵਿੱਚ ਤੁਹਾਡਾ ਸਿਮਰਨ ਕਰਦੇ ਆ, ਜਿਹਦੇ ਵਿੱਚ ਉਹ ਰਹਿੰਦੇ ਆ ਸੱਚੇ ਪਾਤਸ਼ਾਹ, ਉਹ ਘਰ ਬਚ ਜਾਵੇ ਸੋਢੀ ਪਾਤਸ਼ਾਹ, ਉਹਨਾਂ ਦੀ ਛੋਟੀ ਬੱਚੀ ਤੇ ਵੀ ਮੇਰਾ ਮੇਰਾ ਹੱਥ ਰੱਖੋ ਤੇ ਕੰਮ ਕਾਰ ਬਖਸ਼ੋ, ਬਾਬਾ ਜੀ ਤੰਦਰੁਸਤੀਆਂ ਬਖਸ਼ੋ, ਚੜ੍ਹਦੀਆਂ ਕਲਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਸਾਰੇ ਕਾਰਜ ਠੀਕ ਕਰੋ ਤੇ ਆਪਣੇ ਘਰ ਦੇ ਵਿੱਚ ਸੋਢੀ ਪਾਤਸ਼ਾਹ ਤੁਹਾਡਾ ਸਤਸੰਗ ਕਰਾਉਣਗੇ ਤੇ ਬਾਬਾ ਨਾਨਕ ਸਿੰਘ ਜੀ ਦਾ ਧੌਲੀਧਾਰ ਆ ਕੇ ਹਵਨ ਕਰਾਉਣਗੇ, ਜਦੋਂ ਸਾਰੀ ਕਿਰਪਾ ਕਰ ਦਿਓਗੇ ਤੇ ਖੁੱਲੇ ਗੱਫੇ ਬਖਸ਼ੋਗੇ ਮਹਾਰਾਜ ਸੱਚੇ ਪਾਤਸ਼ਾਹ। ਸੋਢੀ ਪਾਤਸ਼ਾਹ ਤਰਨਦੀਪ ਰਿੰਪੀ ਲੁਧਿਆਣਾ ਤੋਂ ਮਹਾਰਾਜ ਸੱਚੇ ਪਾਤਸ਼ਾਹ, ਉਹ ਵੀ ਭੈਣ ਅਰਦਾਸਾਂ ਕਰਾਉਂਦੀ ਆ ਕਿ ਉਹਨਾਂ ਦੇ ਮਕਾਨ ਦੀ ਰਜਿਸਟਰੀ ਹਰੀ ਹੋਈ ਆ, ਬਾਬਾ ਜੀ ਰਜਿਸਟਰੀ ਹੋ ਜਾਵੇ, ਕਿਰਪਾ ਹੋ ਜੇ ਤੁਹਾਡੀ ਮਹਾਰਾਜ ਸੱਚੇ ਪਾਤਸ਼ਾਹ, ਤੇ ਭੈਣ ਤਰਨਦੀਪ ਨੂੰ ਤੰਦਰੁਸਤੀਆਂ ਬਖਸ਼ੋ, ਉਹਨਾਂ ਦੇ ਘਰ ਦੇ ਵਿੱਚ ਚੜ੍ਹਦੀਆਂ ਕਲਾ ਕਰੋ, ਕੰਮ ਕਾਰ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ।
ਛੋਟੀ ਪਾਤਸ਼ਾਹ ਅਮਰਜੀਤ ਕੌਰ ਬਲਬੀਰ ਸਿੰਘ ਜੋਲਾ ਸਾਹਿਬ ਤੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਬੱਚੇ ਦੀ ਦਾਤ ਬਖਸ਼ੋ। ਛੋਟੀ ਪਾਤਸ਼ਾਹ ਤੁਹਾਡੇ ਘਰ 'ਚ ਕੋਈ ਘਾਟਾ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰ ਦਿਓ। ਛੋਟੀ ਪਾਤਸ਼ਾਹ ਅਮਨਪ੍ਰੀਤ ਅਤੇ ਗੁਰਦੀਪ ਸਿੰਘ ਉਹਨਾਂ ਨੂੰ ਖੁਸ਼ੀਆਂ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ, ਤੰਦਰੁਸਤੀਆਂ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ, ਚੜ੍ਹਦੀਆਂ ਕਲਾ ਕਰੋ। ਛੋਟੇ ਪਾਤਸ਼ਾਹ ਬਾਬਾ ਕੁਲਵਿੰਦਰ ਸਿੰਘ ਜੀ ਜੂਕੇ ਵਾਲੇ ਉਹਨਾਂ ਦੀ ਸਿਹਤ ਠੀਕ ਰੱਖਣੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਸੰਗਤਾਂ ਦੀ ਸੇਵਾ ਕਰਨ ਦੀ ਤਾਕਤ ਬਖਸ਼ਣੀ। BVS ਦਰਬਾਰ ਜੂਕੇ ਨਾਲ ਜਿੰਨੀਆਂ ਵੀ ਸੰਗਤਾਂ ਜੁੜੀਆਂ ਸਾਰੀਆਂ ਸੰਗਤਾਂ 'ਤੇ ਮੇਰਾ ਬਰਾਤ ਰੱਖੋ। ਛੋਟੇ ਪਾਤਸ਼ਾਹ ਬਾਬਾ ਕੁਲਵਿੰਦਰ ਸਿੰਘ ਜੀ ਜੂਕੇ ਵਾਲੇ ਸਾਡੇ ਘਰ ਆ ਕੇ ਜੋ ਅਰਦਾਸਾਂ ਕਰਕੇ ਗਏ ਮਹਾਰਾਜ ਸੱਚੇ ਪਾਤਸ਼ਾਹ, ਉਹ ਵੀ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਕਰਨੀਆਂ। ਛੋਟੇ ਪਾਤਸ਼ਾਹ ਬਬਲਾ ਵੀਰ ਮਲੇਸ਼ੀਆ ਤੋਂ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਸਿਹਤ ਠੀਕ ਕਰਨੀ, ਉਹਨਾਂ ਦੀ ਦੇਹ ਨੂੰ ਤੰਦਰੁਸਤੀ ਬਖਸ਼ਣੀ, ਉਹਨਾਂ ਦੇ ਪਰਿਵਾਰ 'ਤੇ ਮੇਰਾ ਬਰਾਤ ਰੱਖਣਾ। ਛੋਟੇ ਪਾਤਸ਼ਾਹ ਹੋਰ ਸਾਰੀਆਂ ਸੰਗਤਾਂ ਦੇ ਚਰਨਾਂ ਪਿੱਛੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਪਰਿਵਾਰ ਸਾਗਰ ਪਰਿਵਾਰ, ਇਹਨਾਂ 'ਤੇ ਵੀ ਮੇਰਾ ਬਰਾਤ ਰੱਖਣਾ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਘਰ 'ਚ ਕੋਈ ਘਾਟਾ ਨਹੀਂ। ਛੋਟੇ ਪਾਤਸ਼ਾਹ ਜੋ ਵੀ ਤੁਸੀਂ ਕਿਰਪਾ ਕਰਨੀ ਆ ਆਪ ਹੀ ਕਿਰਪਾ ਕਰਨੀ। ਛੋਟੇ ਪਾਤਸ਼ਾਹ ਕੰਮ ਕਾਰ ਬਖਸ਼ਣੇ, ਚੜ੍ਹਦੀਆਂ ਕਲਾ ਕਰਨੀਆਂ, ਬੱਚਿਆਂ 'ਤੇ ਮੇਰਾ ਬਰਾਤ ਰੱਖਣਾ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਦੁੱਖਾਂ ਕਲੇਸ਼ਾਂ ਮਲੇਸ਼ਾਂ ਦਾ ਨਾਸ਼ ਕਰਨਾ। ਅਤੇ ਛੋਟੇ ਪਾਤਸ਼ਾਹ ਜੋ ਵੀ ਅਸੀਂ ਸੋਚਿਆ ਉਹ ਜਲਦੀ ਤੋਂ ਜਲਦੀ ਪੂਰਾ ਕਰੋ ਮਹਾਰਾਜ ਸੱਚੇ ਪਾਤਸ਼ਾਹ। ਪਾਸਪੋਰਟ ਦਾ ਕੰਮ ਆ ਰਿਹਾ ਫਿਰਦਾ ਛੋਟੇ ਪਾਤਸ਼ਾਹ, ਤੁਸੀਂ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਜਲਦੀ ਤੋਂ ਜਲਦੀ ਪਾਸਪੋਰਟ ਬਣ ਜਾਵੇ ਅਤੇ ਘਰ ਆ ਜਾਵੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋ ਜਾਵੇ। ਛੋਟੇ ਪਾਤਸ਼ਾਹ ਹੋਰ ਛੋਟੇ ਪਾਤਸ਼ਾਹ ਜਿੰਨੀਆਂ ਵੀ ਸੰਗਤਾਂ ਤੁਹਾਡੇ ਦਰਬਾਰ ਨਾਲ ਜੁੜੀਆਂ ਸਭ 'ਤੇ ਮੇਰਾ ਮੇਰਾ ਹੱਥ ਰੱਖੋ, ਚੜ੍ਹਦੀਆਂ ਕਲਾ ਕਰੋ, ਕਿਰਪਾ ਕਰੋ, ਸਰਬਾਧੇ ਕਾਜ ਰਾਸ ਕਰੋ, ਸਹੀ ਪਿਆਰੇ ਵੇਲੋ ਜਿਨ੍ਹਾਂ ਮਿਲਿਆ ਤੇ ਛੋਟੇ ਪਾਤਸ਼ਾਹ ਤੁਹਾਡਾ ਨਾਮ ਜਿਤਾਵੇ, ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਬਾਣੀ ਸਰਬਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਟ ਓਟ ਗੁਰੂ ਨਾਨਕ ਤੇਰੀ ਓਟ, ਨਾਨਕ ਤਪਾ ਕੁਲ ਬਾਤ ਬੜਾ ਦੁਖਾਲੋ, ਹੇਖਾ ਕੋਟ ਜਫਰ ਕਾ ਤਾ ਲਾਲ ਖਾਨ ਖਾਂ ਕਹਾਂਦਾ, ਬਾਬਾ ਬੜਾ ਭਾਗ ਸਿੰਘ ਰਖਵਾਲਾ, ਤਨ ਪਰ ਧੋਤੇ ਮਨ ਪਰਮਾਲਾ, ਆਸਨ ਬੈਠੇ ਗੁਰੂ ਗੋਬਿੰਦ ਬਾਲਾ, ਆਸਨ ਸੋੜ ਸੰਘਾਸਨ ਬੈਠੇ ਬੈਠੇ ਗੁਰੂ ਕੀ ਛਾਇਆ, ਜੋ ਜਾਣੇ ਆਸਨ ਕਾ ਜਾ ਤਨ ਕੇ ਮੁਖੋ ਚੜਗੇ ਪਾਪ, ਜੋ ਨਾ ਜਾਣੇ ਆਸਨ ਕਾ ਜਾ ਤਨ ਕੇ ਮੁਖ ਲੱਗਣਗੇ ਪਾਪ, ਇਹ ਮੇਰੇ ਬਾਬਾ ਬੜਾ ਭਾਗ ਸਿੰਘ ਰਖਲਾ, ਕਰੀ ਨਾ ਕਿਸੇ ਦੇ ਮੁਤਾਬਕ ਸਮੈਲ ਜੋਗੀ ਬੀਜੀ ਬਾੜੀ, ਇੱਕ ਫੁੱਲ ਸਿੱਖ ਫੁੱਲ ਸਿੱਖ ਫੁੱਲ ਤੋੜੇ ਰੂੜਾ ਚਮਾਰੀ, ਫੁੱਲਾਂ ਦੀ ਆਵੇ ਵਾਸ਼ਨਾ, ਵਿੱਚ ਵਸੇ ਨਾਮ ਸਿੰਘ ਵੀਰ ਘਰ ਛੱਡੇ ਬਾਹਰ ਛੱਡੇ ਛੱਡੇ, ਸਰਦਾ ਸਾਈ ਨਾ ਮੇਰੇ ਸੁੱਖ ਨਾ ਖਲੋਤਾ, ਸੁਲਤਾਨ ਸੁੱਖ ਲੱਗੇ ਜਾਂ ਮੇਰੇ ਮੁੱਖ ਲੱਗੇ ਚੱਲੇ, ਮੰਤਰ ਪੂਰੇ ਵਾਜਾ ਦੇਖਾ, ਨਾਥ ਸਿੰਘ ਜੀ ਤੇਰੀ ਹਾਜ਼ਰੀ ਦਾ ਤਮਾਸ਼ਾ, ਸਤਨਾਮ ਸਿੰਘ ਸਤਨਾਮ ਸਿੰਘ।